ਫਰਜ਼ੀ ਪੈਨ ਕਾਰਡ ਰੋਕਣ ਦੇ ਲਈ ਆਧਾਰ ਜ਼ਰੂਰੀ ਕਰਨ ਦਾ ਕੇਂਦਰ ਸਰਕਾਰ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਉਸ ਦੇ ਵਿੱਚ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਆਪਣਾ ਜਵਾਬ ਦਿੱਤਾ ਸੀ ਜਿਸ ਦਾ ਕਿ ਸਮਰਥਨ ਸੁਪਰੀਮ ਕੋਰਟ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਦਲੀਲ ਦਿੱਤੀ ਕਿ ਫਰਜ਼ੀ ਪੈਨ ਤੇ ਰੋਕ ਲਗਾਉਣ ਦੇ ਲਈ ਹੀ ਆਮਦਨ ਟੈਕਸ ਰਿਟਰਨ ਭਰਦੇ ਅਤੇ ਨਵਾਂ ਪੈਨ ਕਾਰਡ ਬਣਵਾਉਣ ਦੇ ਸਮੇਂ ਆਧਾਰ ਨੰਬਰ ਨੂੰ ਜ਼ਰੂਰੀ ਕੀਤਾ ਜਾਣਾ ਚਾਹੀਦਾ ਹੈ। ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ ਕਿ ਫਰਜ਼ੀ ਪੈਨ ਬਹੁਤ ਵੱਡੀ ਸਮੱਸਿਆ ਹੈ ਪਰ ਇਸ ਨੂੰ ਆਧਾਰ ਦੇ ਨਾਲ ਜ਼ਰੂਰੀ ਰੂਪ ਨਾਲ ਜੋੜ ਕੇ ਫਰਜ਼ੀ ਪੈਨ ਦੀ ਸਮੱਸਿਆ ਤੋਂ ਮੁਕਤੀ ਪਾਈ ਜਾ ਸਕਦੀ ਹੈ ਅਤੇ ਅਦਾਲਤ ਨੇ ਸਰਕਾਰ ਦੇ ਫੈਸਲੇ ਦੇ ਖਿਲਾਫ ਪਾਈਆਂ ਗਈਆਂ ਤਿੰਨ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਇਹ ਕਿਹਾ ਕਿ ਜੇਕਰ ਕਾਨੂੰਨ ਬਣਾਉਣ ਵਾਲੇ ਸੰਸਦ ਇਸ ਨੂੰ ਸਹੀ ਮੰਨਦੇ ਨੇ ਤਾਂ ਅਸੀਂ ਇਸ ਨੂੰ ਕਿਉਂ ਰੋਕੀਏ। ਇਹ ਫੈਸਲਾ ਦੇਸ਼ ਹਿੱਤ ਵਿੱਚ ਹੈ।